गल करना चाहते हैं कि असि हमेशा तुसी कलाकार हो, जाटवाद आंदा है, गाणियां विच आंदा, हर चीज आंदा है, सारे जात बराबर है, असि ਨਹੀਂ ਉਹਨੂੰ ਤੁਸੀਂ ਕਦ ਕੱਢਾਂਗੇ, ਉਹ ਤਾਂ ਤੁਹਾਡੀ ਜ਼ਿੰਮੇਵਾਰੀ ਖਿਆਲ ਬਣਦੀ ਨੂੰ ਹੈ। ਨਹੀਂ ਉਹ ਖਿਆਲ ਹੈ ਕਿ ਦੇਖੋ ਜੱਟ ਕੋਈ ਜਾਤ ਨਹੀਂ, ਪਹਿਲੀ ਗੱਲ ਤਾਂ ਦਿਮਾਗ 'ਚ ਪਾਓ, ਕਿਸਾਨ ਕਿਉਂ ਨਹੀਂ ਕਹਿ ਸਕਦੇ ਫਿਰ ਅਸੀਂ? ਜੱਟ ਰੇਸ ਹੈ ਨਾ, ਰੇਸ ਹੈ ਇਹ, ਕੋਈ ਜਾਤ ਥੋੜੀ ਹੈ। ਜਾਤਾਂ ਦੇ ਚਾਰ ਹੀ ਵਰਨ ਹੈ। ਜਿਹੜਾ ਵੀ ਖੇਤੀ ਨਹੀਂ ਨਾਲ ਨਹੀਂ ਜੁੜਿਆ, ਤੁਸੀਂ ਚਾਰ ਵਰਨ ਹੈ ਜਾਤਾਂ ਦੇ, ਤੁਸੀਂ ਗਿਣੋ ਕਿਹੜੇ ਕਿਹੜੇ ਹੈ। ਕਸ਼ਤਰੀਆ, ਕਿਆ ਬ੍ਰਾਹਮਣ, ਬ੍ਰਾਹਮਣ, ਸ਼ੂਦਰ, ਸ਼ੂਦਰ, ਵੈਸ਼, ਵੈਸ਼, ਚਾਰ ਹੀ ਵਰਨ ਹੈ ਨਾ, ਤੇ ਫਿਰ ਇਹਦੇ ਜੱਟ ਤਾਂ ਹੈ ਹੀ ਨਹੀਂ। ਅੱਜ ਤਾਂ ਜੱਟ, ਨਹੀਂ ਅੱਜ ਸਮਝ, ਜੱਟ ਕਾਸਟ ਹੀ ਆਉਂਦੀ ਹੈ ਨਾ, ਗੱਲ ਉਹਦੇ ਵਿੱਚ ਕਾਸਟ ਹੀ ਆਉਂਦੀ ਨਾ ਸੀ। ਤੁਸੀਂ ਮੇਰੀ ਗੱਲ ਸਮਝੋ, ਦੇਖੋ ਇਹ ਇਹ ਤਾਂ ਹੁਣ ਲੱਸੀ ਚ ਮਧਾਣੀ ਹੈ। ਮੈਂ ਜ਼ਿਆਦਾ ਪਿੰਡਾਂ ਚ ਰਹਿੰਦਾ, ਮੇਰਾ ਪਿੰਡ ਬਹੁਤ ਨੇੜੇ ਹੈ, ਇਹ ਵੀ ਬਹੁਤ ਪਿੰਡਾਂ ਚ ਰਹਿੰਦਾ। ਦੇਖੋ ਪਹਿਲੀ ਗੱਲ ਤਾਂ ਜੱਟ ਇੱਕ ਰੇਸ ਹੈ, ਜਾਤ ਨਹੀਂ। ਇਹ ਜੱਟ ਕਮਿਊਨਿਟੀ ਨੇ ਜ਼ਮੀਨ ਲਈ ਆ। ਬਾਕੀ ਕਹਿੰਦੇ ਸੀ ਉਦੋਂ ਹੋਏ ਸੀ ਕਿ ਜੱਟ ਦੀ ਜੂਨ ਬੁਰੀ ਹਲ ਛੱਡ ਕੇ ਚਰੀ ਨਹੀਂ ਜਾਣਾ, ਉਹ ਕਹਿੰਦੇ ਸਭ ਤੋਂ ਮਾੜਾ ਕੰਮ ਹੈ। ਇਸ ਕਿੱਤੇ ਨੂੰ ਕੋਈ ਅਪਣਾਉਂਦਾ ਨਹੀਂ ਸੀ, ਸਮਝੋ ਤੁਸੀਂ। ਉਹ ਉਹਨਾਂ ਨੇ ਆਪਣੇ ਕਿੱਤੇ ਨੂੰ ਮਾਣ ਬਣਾ ਲਿਆ, ਤਾਂ ਸ਼ਾਇਦ ਇਦਾਂ ਯੈਸ। ਮੈਂ ਅਗਰ ਕਹਿਣਾ ਨਹੀਂ, ਮੈਂ ਨਿਮਰਤ ਜੀ, ਜੇ ਉਹ ਵੰਡ ਪਾ ਰਹੇ ਆ, ਉਹ ਕਹਿ ਰਹੇ ਕਿ ਹਾਂ ਨਿਮਰਤ ਜੱਟ ਇਦਾਂ ਜੱਟ ਦੀ ਮੁੱਛ ਇਦਾਂ ਹੁੰਦੀ ਹੈ। ਮੇਰੀ ਇੱਕ ਗੱਲ ਸੁਣੋ, ਜੇ ਮੈਂ ਕਹਿ ਰਿਹਾ ਮੈਂ ਜੱਟ ਹਾਂ, ਤੁਹਾਨੂੰ ਕੀ ਪ੍ਰੋਬਲਮ? ਦਾ ਪ੍ਰੋਬਲਮ ਹੋ ਸਕਦੀ ਹੈ, ਸਪੋਕਸਮੈਨ ਅਦਾਰੇ ਨੂੰ ਵੈਸੇ ਹੈਗੀ ਆ। ਪਹਿਲਾਂ ਪਹਿਲਾਂ ਸਾਨੂੰ ਵੀ ਬਹੁਤ ਸੀ ਸਪੋਕਸਮੈਨ ਆ, ਨਹੀਂ ਹੁਣ ਮੈਨੂੰ ਕੋਈ ਗੱਲ ਨਹੀਂ। ਚਲੋ ਮੈਂ ਦੱਸਦਾ ਕੀ ਚੱਕਰ ਹੈ, ਇੱਕ ਗੱਲਬਾਤ ਹੋ ਰਹੀ ਹੈ ਨਾ। ਇਹ ਪਹਿਲੀ ਗੱਲ ਤਾਂ ਜਾਤ ਨਹੀਂ, ਉਹਨਾਂ ਨੇ ਆਪਣੇ ਕਿੱਤੇ ਨੂੰ ਮਹਾਨ ਬਣਾ ਲਿਆ। ਦੇਖੋ ਮੈਨੂੰ ਆਪਣੇ ਆਪ ਤੇ ਫਖਰ ਹੈ, ਇਸ ਤੇ ਤੁਹਾਨੂੰ ਇਤਰਾਜ਼ ਨਹੀਂ। ਮੈਂ ਤੁਹਾਨੂੰ ਕਹਾਂ ਤੁਸੀਂ ਥੱਲੇ ਹੋ, ਫਿਰ ਇਤਰਾਜ਼ ਹੋਣਾ ਚਾਹੀਦਾ। ਤਾਂ ਕੋਈ ਬੰਦਾ ਅਗਰ ਇਹ ਕਹਿ ਕੇ ਖੁਸ਼ ਹੁੰਦਾ ਜੇ ਮੈਂ ਕਹਾਂ ਮੈਂ ਜੱਟ ਹਾਂ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਇਹ 'ਚ, ਪਰ ਜੇ ਮੈਂ ਕਹਾਂ ਤੁਸੀਂ ਆਓ, ਦੈਟਸ ਰੋਂਗ ਹਨਾ। ਪਾਪੇ ਕਹਿੰਦੇ ਕਿ ਪਾਪੇ ਨਹੀਂ 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 ਮਾੜਾ ਲੱਗਦਾ ਹੀ ਹੈ ਨਾ। ਨਾਟ ਐਟ ਆਲ, ਨਾਟ ਐਟ ਆਲ। ਉਹ ਨਹੀਂ ਮਤਲਬ ਕਿਸੇ ਨੂੰ ਕੁਝ ਵੀ ਕਹਿਣਾ, ਆਈ ਮੀਨ ਮੈਂ ਉਦਾਹਰਣ ਦਿੱਤੀ ਸੀ, ਨਾਟ ਪਾਰਟਿਕੂਲਰ ਯੂ, ਮਤਲਬ ਤੁਸੀਂ ਆਪਦੇ ਆਪ ਨੂੰ ਕੁਝ ਕਰਨ ਦਿਓ। ਤੁਹਾਡੀ ਭਾਸ਼ਾ ਤੇ ਗੱਲ ਸ਼ੁਰੂ ਕੀਤੀ ਮੈਂ ਦੁਨੀਆ ਭਰ ਤੇ